ਰਾਜਗੜ੍ਹ ਪੁਲਿਸ ਦੇ ਸੀਆਈ ਸਟਾਫ ਨੂੰ ਸਵੇਰੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਖਾਸ ਸੂਚਨਾ ਤੇ ਦੋ ਲੋਕਾਂ ਨੂੰ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ। ਤਾਂ ਬਿਲਕੁਲ ਪੁਲਿਸ ਦੇ ਵੱਲੋਂ ਪਹਿਲਾਂ ਨਾਕਾ ਲਗਾਇਆ ਗਿਆ, ਉਸ ਤੋਂ ਬਾਅਦ ਤਲਾਸ਼ੀ ਅਭਿਆਨ ਹੈ ਜਿਹੜਾ ਸ਼ੁਰੂ ਕੀਤਾ ਗਿਆ, ਤੇ ਜਿਸ ਦੇ ਦਰਮਿਆਨ ਦੋ ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਤਾਂ ਬਿਲਕੁਲ ਪੁਲਿਸ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਹੁਣ ਇਹਨਾਂ ਦੇ ਕੋਲ ਪੁਲਿਸ ਪੁੱਛਗਿੱਛ ਕਰੂਗੀ ਇਹ ਅਫੀਮ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੀ ਸੀ। ਇਹ ਦੋਵੇਂ ਦੋਸ਼ੀ ਤਰਨ ਤਾਰਨ ਪੰਜਾਬ ਦੇ ਰਹਿਣ ਵਾਲੇ ਨੇ ਤੇ ਅਫੀਮ ਝਾਰਖੰਡ ਤੋਂ ਯੂਪੀ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ। ਇਹਨਾਂ ਨੇ ਪਹਿਲਾਂ ਵੀ ਕਈ ਵਾਰੀ ਅਫੀਮ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕੀਤੀ ਹੈ ਤੇ ਹੁਣ ਇਸ ਕੇਸ ਦੇ ਵਿੱਚ ਪੁਲਿਸ ਹੈ ਜਿਹੜੀ ਹੋਰ ਵੱਡੇ ਖੁਲਾਸੇ ਕਰ ਸਕਦੀ ਹੈ। ਮੰਤਰੀ ਪੰਜਾਬ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰਕ SSP ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੱਲ੍ਹ CIA ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਸ ਵਿੱਚ ਅਸੀਂ ਇਹ ਅਫੀਮ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਤੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਸਰ, ਕਿੱਥੋਂ ਦੇ ਰਹਿਣੇ ਵਾਲੇ ਆ, ਕਿੰਨੀ ਅਫੀਮ ਬਰਾਮਦ ਹੋਈ ਹੈ ਜੀ? ਇਹ ਰਸੂਲਪੁਰ ਪਿੰਡ ਸਦਰ ਤਰਨ ਤਾਰਨ ਦੇ ਰਹਿਣ ਵਾਲੇ ਨੇ। 10 ਕਿਲੋ ਅਫੀਮ ਰਿਕਵਰ ਹੋਈ ਹੈ। ਇਹ ਸਾਡੇ ਕੋਲ ਸੀਕ੍ਰੇਟ ਇਨਫੋਰਮੇਸ਼ਨ ਤੇ ਅਸੀਂ ਮੁਕੱਦਮਾ ਦਰਜ ਕੀਤਾ ਸੀ। ਉਸ ਤੋਂ ਬਾਅਦ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੇ ਦੌਰਾਨ 2 ਬੰਦੀਆਂ ਨੂੰ ਰਾਊਂਡ ਅਪ ਕੀਤਾ ਗਿਆ ਤੇ ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਪਾਸੋਂ ਸਾਨੂੰ ਇਹ ਖੇਪ ਬਰਾਮਦ ਹੋਈ। 10 ਕਿਲੋ ਲੈ ਕੇ ਕਿੱਥੋਂ ਆਉਂਦੇ ਤੇ ਜੀ? ਇਹ ਯੂਪੀ ਝਾਰਖੰਡ ਸਾਈਡ ਤੋਂ ਲੈ ਕੇ ਆਉਂਦੇ ਆ ਜੀ ਪਿੱਛੋਂ। ਬਾਕੀ ਇਹਨਾਂ ਦਾ ਰਿਮਾਂਡ ਲਿਆ ਗਿਆ ਡਿਟੇਲ ਨਾਲ ਇਹਨਾਂ ਦੀ ਪੁੱਛਗਿੱਛ। ਪਹਿਲਾਂ ਸਰ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਸਰ? ਇਹਨਾਂ ਦਾ ਪੁਰਾਣੇ ਕੋਈ ਮੁਕੱਦਮੇ ਦਰਜ ਨਹੀਂ। ਕੋਈ ਹੋਰ ਕੋਈ ਕਿੰਨੇ ਕੀ ਸਰ ਇਹਨਾਂ ਦਾ? ਇਹ ਪਿੱਛੋਂ ਲਿਆ ਕੇ ਜੀ ਫੀਮ ਅੱਗੇ ਵੇਚ ਕਿਵੇਂ ਆਉਂਦੇ ਨੇ? ਪੋਰੀਆਂ ਦਾ ਕੀ ਹੈਗਾ? ਨਹੀਂ, ਆਪ ਹੀ ਟਰੈਵਲ ਕਰਦੇ ਨੇ ਜੀ। ਸਰ ਕਿੰਨੀ ਉਮਰ ਹੈਗੀ ਔਰ ਕਿੰਨੇ ਕੁ ਪੜ੍ਹੇ ਲਿਖੇ ਹੈ? ਇਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਗਏ ਜੀ, ਉਮਰ ਇਹਨਾਂ ਦੀ 30 ਸਾਲ ਦੇ ਕਰੀਬ ਹੈ, 25-30 ਸਾਲ ਦੇ। ਠੀਕ ਹੈ ਜੀ। ਕੋਈ ਹੋਰ ਪਾਰਟ ਟਾਈਮ ਕੋਈ ਕੰਮ ਕਰਦੇ ਹੋਣੇ ਜੀ ਕੋਈ? ਹਜੇ ਜੀ ਫਾਰਵਰਡ ਤੇ ਬੈਕਵਰਡ ਲਿੰਕ ਜੀ ਦੇ ਸਾਰਾ ਡਾਟਾ ਇਹਨਾਂ ਦੀ ਰਿਮਾਂਡ ਦੇ ਦੌਰਾਨ ਕੁਝ ਕਿਸ ਲਈ ਕਹਿੰਦੇ ਦੋ ਇਹੀ ਹੈ ਕਿ ਹੋਰ ਵੀ ਇਹਨਾਂ ਦੇ ਵਿੱਚ ਗੈਂਗ ਦੇ ਹੋਰ ਵੀ ਸ਼ਾਮਲ ਨੇ? ਦੋ ਹੀ ਮੇਨ ਮੈਂਬਰਸ ਨੇ ਜੀ ਜਿਹੜੇ ਇਹ ਲੈ ਕੇ ਲਿਆ ਕੇ ਸਪਲਾਈ ਕਰਨ ਦਾ ਕੰਮ ਕਰਦੇ। ਕਿੰਨੀ ਕੀਮਤ ਔਸਤ ਸਰ ਹੈਗੀ ਦੱਸ ਦੋਗੇ? ਜਿਵੇਂ ਮਾਰਕੀਟ ਰੇਟ ਆਈਡੀਆ ਸਮ ਰੇਟ ਅਫੀਮ ਦਾ ਕਿੰਨੀ ਕੀਮਤ ਹੈ? ਪੰਜਾਬ ਤੋਂ 2-2.5 ਲੱਖ ਨੂੰ ਮਿਲ ਜਾਂਦੀ ਹੈ। ਕਿਲੋ? ਹਾਂ ਕਿਲੋ। 25 ਲੱਖ ਪੁਲਿਸ ਸੇ ਮੰਗ ਲਈ? ਹਾਂ 25 ਲੱਖ ਦੇ। ਕਿੰਨੇ ਦਿਨ ਦਾ ਜੀ ਇਹਨਾਂ ਦਾ? 2 ਦਿਨ ਦਾ ਪੁਲਿਸ ਮੰਗ ਲਿਆ। ਤਾਂ ਫੜੇ ਕਿੱਥੋਂ ਸਰ ਇਹ? ਇਹ ਜੀ ਅਸੀਂ ਜਿਹੜਾ ਟੋਲ ਬੈਰੀਅਰ ਹੈ ਆਪਣਾ ਕਿਹੜਾ ਸਰ? ਲਾਲੂ ਦੇ ਨੇੜੇ। ਅੱਛਾ ਜੀ। ਹਾਂਜੀ, ਦੱਪਰ ਟੋਲ ਬੈਰੀਅਰ ਲਾਲੂ ਨੇੜੇ, ਉੱਥੋਂ ਫੜੇ। ਠੀਕ ਹੈ।